ਕੀ ਹਾਲ ਆ ਦੋਸਤੋ, ਅਤੇ ਆਪਣੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਆਹ ਦੇਖ ਲਓ ਆਪਣਾ ਕੱਲ੍ਹ ਵਾਲਾ ਜਿਹੜਾ ਹੋਲੀ ਵਾਲਾ ਬਲੌਗ ਆ ਅਪਲੋਡ ਹੋ ਗਿਆ, ਠੀਕ ਆ ਜੀ। ਆਹ ਚਲਾ ਕੇ ਦੇਖਿਆ ਗਾ ਵੀ ਕੋਈ ਗਲਤੀ ਤਾਂ ਨਹੀਂ ਹੈਗੀ ਇਹ 'ਚ, ਠੀਕ ਆ। ਅਤੇ ਇਸ ਤਰ੍ਹਾਂ ਤੁਸੀਂ ਵੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ, ਅਤੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅੱਜ ਨਵਾਂ ਪੰਗਾ ਦਿਖਾਉਂਦੇ ਹਾਂ ਤੁਹਾਨੂੰ ਸਾਡਾ, ਠੀਕ ਆ। ਮੈਂ ਬੈਠਾ ਸੀ ਦੋਸਤ ਦੀ ਦੁਕਾਨ 'ਚ, ਸਾਡੇ ਇੱਕ ਦੁਕਾਨ ਤਾਂ ਖੁੱਲ੍ਹ ਗਈ, ਦੂਸਰੀ ਦੁਕਾਨ ਦੀ ਚਾਬੀ ਗਈ ਸਾਥੋਂ ਗੁੰਮ, ਹੁਣ ਸਮਝ ਨਹੀਂ ਆ ਰਹੀ। ਉਹ ਪਰਲੇ ਪਾਸੇ ਵਾਲੀ ਦੁਕਾਨ ਇੱਕ ਛੱਡ ਕੇ ਦੂਜੇ ਉਹਦੀ ਚਾਬੀ ਗਵਾਤੀ ਸਾਡੇ ਜੋਧਿਆਂ ਨੇ। ਹੋਰ ਬਾਈ ਯਾਰ ਡਿੱਗ ਗਈ, ਉਹ ਦੁਕਾਨ ਖੁੱਲ੍ਹੀ ਪਈ ਆਪਣੀ, ਠੀਕ ਆ। ਉਹ ਪਰਲੀ ਦੀ ਹੁਣ ਚਾਬੀ ਗੁੰਮ ਗਈ, ਉਹਦੇ ਵਿੱਚ ਤਾਂ ਮੇਨ ਮਾਲ ਖੜ੍ਹਾ ਸਾਡਾ ਸਾਰਾ, ਰਾਤ ਨੂੰ ਅਸੀਂ ਉੱਥੇ ਖੜ੍ਹਾ ਜਾਂਦੇ ਮੋਟਰਸਾਈਕਲ, ਹੁਣ ਸਾਡਾ ਬੁਰਾ ਹਾਲ ਹੋਇਆ ਪਿਆ ਗਾ। ਲਓ ਜੀ, ਚਾਬੀ ਤਾਂ ਮਿਲ ਗਈ ਦੁਕਾਨ ਦੀ, ਦੁਕਾਨ ਖੋਲ੍ਹ ਵੀ ਲਈ, ਪਰ ਮੂਡ ਖਰਾਬ ਹੋ ਗਿਆ ਬਾਈ ਸਾਰਾ। ਆਹ ਮੋਟਰਸਾਈਕਲ ਲਿੱਤਾ ਸੀਗਾ, ਇਹਦੇ ਲਾਹੇ 'ਚ ਆ ਗਿਆ ਬਲ, ਦਿਖਾ ਦਿੰਦੇ ਤੁਹਾਨੂੰ ਕਿਵੇਂ ਮੜਿਆ ਪਿੱਛੋਂ ਦਾ ਪਾਈ। ਇਹ ਤੁਹਾਨੂੰ ਦਿਖਾਈਏ ਕੀ ਪੰਗਾ ਪੈ ਗਿਆ ਸਾਡਾ। ਆਹ ਦੇਖ ਰਿਹਾ ਬਾਈ ਚੱਕਾ ਕਿਵੇਂ ਕਰੀ ਜਾਂਦਾ ਗਾ, ਲੈ ਇੱਦਾਂ ਇੱਦਾਂ ਦਿਖਾ ਦਿੰਦਾ ਵੇ, ਕਿਵੇਂ ਸੱਪ ਵਾਂਗੂ ਕਰਦਾ ਨਾ ਜਮਾਂ। ਬਾਲ ਆ ਗਿਆ ਬਾਈ ਇਹਦੇ ਵਿੱਚ, ਹੁਣ ਐਂ ਨਹੀਂ ਪਤਾ ਰਾਡਾਂ ਸਹੀ ਨੇ, ਚਾਸੀ ਸਹੀ ਹੈਗੀ, ਹੁਣ ਐਂ ਨਹੀਂ ਸਮਝ ਆ ਰਿਹਾ ਵੀ ਇਹਨੂੰ ਹੋਇਆ ਕੀ ਹੈਗਾ, ਵੀ ਐਕਸੀਡੈਂਟ ਹੋਇਆ ਕਿ ਟੋਏ 'ਚ ਜੋ ਉਹਦੀ ਵੱਜਿਆ। ਟੋਏ ਵਾਲਾ ਕੰਮ ਤਾਂ ਵੈਸੇ ਹੈ ਨਹੀਂ ਇੰਨਾ, ਟੋਏ 'ਚ ਵੱਜਣ ਕਰਕੇ ਤਾਂ ਨਹੀਂ ਇੱਦਾਂ ਲਾਏ ਵੀਂਗਾ ਹੁੰਦਾ, ਹੈ ਨਾ ਓਏ। ਟੋਏ ਵਾਲਾ ਕੰਮ ਤਾਂ ਨਹੀਂ ਯਾਰ, ਸਾਡੇ ਹੋਰ ਵੀ ਦੋ ਚਾਰ ਦਿੱਕਤਾਂ ਨਿਕਲ ਆਈਆਂ ਮੋਟਰਸਾਈਕਲ 'ਚ। ਇੱਕ ਉਹ ਥਾਂ 'ਤੇ ਤੁਹਾਨੂੰ ਦਿਖਾਉਂਦਾ ਮੈਂ ਇੱਕ ਮਿੰਟ ਜੂਮ ਕਰਕੇ, ਉਹ ਦੇਖ ਰਹੇ ਹੋਗੇ ਚੈਨ ਕਵਰ ਕੋ ਚਾਸੀ, ਉੱਥੋਂ ਕਿਸੇ ਬਹੁਤ ਵਧੀਆ ਬੰਦੇ ਨੇ ਸਿੱਧੇ ਹੀ ਉਹਨੂੰ ਪਤੰਦਰ ਨੇ ਕਿਤੇ ਤਾਂ ਪੈਪ ਨਵੀਂ ਦਵਾ ਦੇਣੀ ਸੀਗੀ ਉਹ ਜਗ੍ਹਾ 'ਤੇ, ਠੀਕ ਆ, ਬੈਲਡੀ ਹੋਰ ਪੱਤੀ ਕਰਤੀ। ਇਹ ਵੀਰੇ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸ ਦੇਣਾ, ਇਹ ਚੀਜ਼ ਤੋਂ ਡਰੀਓ ਨਾ ਕਦੇ, ਜੇ ਕਦੇ ਤੁਸੀਂ ਕੋਈ ਮੋਟਰਸਾਈਕਲ ਲੈ ਰਹੇ ਹੋ ਨਾ, ਤੁਹਾਨੂੰ ਐਂ ਵਹਿਮ ਹੋ ਜੇ ਯਾਰ ਵੀ ਆਹ ਜਗ੍ਹਾ ਟੁੱਟੀ ਕਿਵੇਂ ਆ, ਠੀਕ ਆ। ਇਹ ਕਾਰਨ ਕੀ ਹੁੰਦਾ ਨਾ, ਆਹ ਜਿਹੜੀ ਪੈਪ ਜਾ ਰਹੀ ਹੈਗੀ ਬਾਈ, ਇਹਨਾਂ ਨਾਲ ਹੀ ਹੋ ਜਾਂਦਾ ਪੈਪ, ਕਿਸੇ ਵੀ ਕਾਰਨ ਕਰਕੇ ਕਈ ਵਾਰ ਮੁੜ ਜਾਂਦੀ ਹੈ ਅੰਦਰ ਨੂੰ। ਇਹ ਹੁਣ ਖਿੱਚ ਕੇ ਮੇਰੇ ਹਿਸਾਬ ਨਾਲ ਬੰਦੇ ਨੇ ਇੱਧਰ ਨੂੰ ਖਿੱਚੀ ਹੋਈ ਹੈ, ਇਹ ਮੁੜ ਜਾਂਦੀ ਹੈ ਨਾਲ, ਟੱਚ ਹੋ ਕੇ ਇਹ ਜਗ੍ਹਾ ਨੂੰ ਛਿੱਲਣ ਲੱਗ ਜਾਂਦੀ ਆ ਇਹ, ਇੱਥੋਂ ਫਿਰ ਮੋਰੀ ਹੋ ਜਾਂਦੀ, ਮਤਲਬ ਮੋਰੀ ਹੋ ਗਈ, ਉਹਦੇ ਵਿੱਚ ਫਿਰ ਬੰਦਾ ਹੀ ਕਰਦਾ ਪੱਤੀ ਬੈਲਟ ਕਰਾ ਦਿੰਦਾ ਹੈਗਾ ਇਹਦੇ ਵਿੱਚ। ਪਰ ਆਹ ਜੁਗਾੜ ਨਾ ਲਾਇਆ ਕਰੋ ਮੇਰਾ ਭਰਾ ਯਾਰ, ਠੀਕ ਆ। ਹੁਣ ਅਸੀਂ ਕੀ ਕਰਾਂਗੇ ਇਹਨੂੰ, ਪੈਪ ਨੂੰ ਇੱਥੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਵੀਂ ਲਵਾਵਾਂਗੇ ਇਹਦੇ 'ਚ ਹੁਣ। ਚਲੋ ਖਰਚਾ ਕੋਈ ਖਾਸ ਤਾਂ ਹੈ ਨਹੀਂ ਗਾ, ਪਰ ਮਨ ਜਾਇਆ ਹੁੰਦਾ ਯਾਰ ਆਹ ਕੰਮ ਨਾ ਕਰਿਆ ਕਰੋ, ਦੇਸੀ ਜੁਗਾੜ ਨਾ ਲਾਇਆ ਕਰੋ ਮੇਰਾ ਭਰਾ ਯਾਰ। ਕੋਈ ਬੰਦਾ ਹੁਣ ਸਾਥੋਂ ਇਹ ਮੋਟਰਾਂ ਖਰੀਦੂਗਾ ਜਾਂ ਕੁਛ ਵੀ ਗਾਂ ਸੇਲ ਕਰਾਂਗੇ, ਤਾਂ ਅਸੀਂ ਇੱਦਾਂ ਥੋੜ੍ਹੀ ਨਾ ਦੇਵਾਂਗੇ ਅਗਲੇ ਨੂੰ, ਆਹ ਪੂਰੀ ਪੈਪ ਨਵੀਂ ਲਾ ਦਾਂਗੀ। ਇਹਦਾ ਮਤਲਬ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਹੁੰਦਾ, ਐਕਸੀਡੈਂਟ ਇੱਥੋਂ ਤਾਂ ਕੋਈ ਕਾਰਨ ਹੀ ਨਹੀਂ ਬਣਦਾ ਐਕਸੀਡੈਂਟ ਹੋਣ ਦਾ ਨਾਲੇ, ਇਹ ਤਾਂ ਆਮ ਹਰ ਡੀਲਕਸ ਦੇ ਦਿੱਕਤ ਆਉਂਦੀ ਹੀ ਆਉਂਦੀ ਹੈ, ਸਾਡਾ ਤਾਂ ਹੁਣ ਨਿੱਤਾ ਕੰਮ ਆ ਬਾਈ ਯਾਰ, ਠੀਕ ਆ। ਹੁਣ ਆਪਾਂ ਆਹ ਨਵਾਂ ਲਾਵਾਂਗੇ ਇਹਦੇ 'ਤੇ, ਠੀਕ ਆ ਜੀ। ਇਹ ਪੈਪ ਨਵੀਂ ਲੱਗੂਗੀ, ਲਾਏ ਨਵਾਂ ਚੇਂਜ ਕਰਨਾ ਭੁੱਲਿਆ, ਆਹ ਜਰ ਲੱਗੀ ਪਈ ਹੈਗੀ ਇਹ, ਚਲੋ ਇਹਦਾ ਪਾਣੀ ਦੀ ਕਮੀ ਹੁੰਦੀ ਹੈ, ਜਰ ਹੈਂਡਲ ਨੂੰ ਲੱਗਣੀ, ਠੀਕ ਆ ਜੀ, ਲੈਗ ਗਾਰਡ ਨੂੰ ਲੱਗਣੀ, ਹੈਂਡਲ ਨੂੰ ਵੀ ਜਰ ਲੱਗ ਜਾਂਦੀ ਹੁੰਦੀ ਹੈਗੀ, ਬਾਕੀ ਸ਼ੋਕਰ ਸਹੀ ਨੇਗੇ ਤਕਰੀਬਨ, ਹਾਂ। ਬਾਕੀ ਟੈਂਕੀ ਸਾਫ਼ ਹੈਗੀ ਸੈੱਟ, ਉਹ ਓਰੀਜਨਲ ਟੈਂਕੀ ਹੈਗੀ, ਉੱਪਰ ਟੇਬਲ ਪਾ ਦਾਂਗੇ, ਬਾਕੀ ਦੇਖਦੇ ਹਾਂ ਕਰ ਦਾਂਗੇ ਇਹਨੂੰ ਹੌਲੀ ਹੌਲੀ ਤਿਆਰ। ਸੀਟ ਸੂਟ ਕਵਰ ਹੀ ਲੱਗਣਾ ਹੈਗਾ, ਮੋਟਰਸਾਈਕਲ ਵਧੀਆ, ਇੰਜਨ ਉਂਜਨ ਸਾਫ਼ ਹੈਗਾ। ਆਹ ਸਲੈਂਸਰ ਪੱਤੀ ਪੁੱਤੀ ਹੈ ਨਹੀਂ ਗੀ, ਸਲੈਂਸਰ 'ਤੇ ਪੱਤੀ ਲਵਾ ਕੇ ਇਹਨੂੰ ਪੇਂਟ ਵਾਸਤੇ ਭੇਜ ਦਾਂਗੇ, ਅਤੇ ਆਹ ਟਾਪੇ ਨਵੇਂ ਪਏ ਹੋਏ ਨੇਗੇ। ਇੱਕ ਪੇਂਟ ਦਾ ਵਹਿਮ ਨਾ ਕਰਿਆ ਕਰੋ ਕਦੇ ਵੀ, ਤੁਸੀਂ ਕਿਤੋਂ ਵੀ ਬਾਈਕ ਲੈਂਦੇ ਹੁੰਦੇ ਹੋ ਨਾ, ਪੇਂਟ ਤਾਂ ਚਲੋ ਇੱਕ ਇਹੋ ਜਿਹੀ ਗੱਲ ਆ ਵੀ ਹੁਣ ਮੇਰੇ ਵਰਗਾ ਬੰਦਾ ਹੀ ਹੋਊਗਾ, ਉਹਦੇ 'ਤੇ ਕਣਕ ਦੀ ਬੋਰੀ ਧਰ ਲਈ, ਕਦੇ ਕੀ ਧਰ ਲਿਆ, ਇਹ ਤਾਂ ਚੱਲਦਾ ਹੀ ਰਹਿੰਦਾ ਹੈਗਾ। ਪੇਂਟ ਤਾਂ ਉੱਤਰ ਨਹੀਂ ਹੁੰਦਾ ਹੈਗਾ, ਪੇਂਟ ਇੱਥੋਂ ਵੀ ਉਤਰੂਗਾ, ਸਲੈਂਸਰ ਤੋਂ ਵੀ ਉਤਰੂਗਾ, ਸਾਰੇ ਕਿਤੇ ਉੱਤਰਦਾ ਹੀ ਆ ਪੇਂਟ ਤਾਂ, ਇਹਦਾ ਵਹਿਮ ਨਾ ਕਰਿਆ ਕਰੋ। ਕੰਪਨੀ ਨੇ ਵੀ ਉਹੀ ਪੇਂਟ ਕਰਨਾ ਹੈਗਾ, ਬਾਹਰਲੇ ਬੰਦੇ ਨੇ ਵੀ ਪੇਂਟ ਕਰਨਾ ਹੀ ਹੈਗਾ, ਤਾਂ ਗੱਡੀ ਪੇਂਟ ਵੱਜਦੀ ਜ਼ਰੂਰ ਹੈਗੀ, ਪਰ ਇੰਨਾ ਵਹਿਮੀ ਵਾਲ ਨਹੀਂ ਹੁੰਦਾ ਵੀ ਇਹ 'ਚ ਕੋਈ ਐਕਸੀਡੈਂਟ ਹੋਇਆ ਹੋਊ ਜਾਂ ਕੁਛ ਵੀ। ਬਟ ਟੈਂਕੀ ਆਪਾਂ ਇਹੀ ਚੈੱਕ ਕਰਨੀ ਹੁੰਦੀ ਵੀ ਟੈਂਕੀ ਥੱਲੋਂ ਕਿਤੋਂ ਬੈਲਟ ਬੁਲਟ ਤਾਂ ਨਹੀਂ ਹੋਈ ਹੋਈਗੀ, ਜਾਂ ਇੱਥੋਂ ਕਿਤੋਂ ਬੈਲਟ ਹੋਈ ਹੋਵੇ। ਪੇਂਟ ਤਾਂ ਨੋਰਮਲ ਜੀ ਗੱਲ ਆ, ਬੰਦਾ ਕਹਿੰਦਾ ਯਾਰ ਸੋਹਣੀ ਚੀਜ਼ ਲੱਗੇ ਤਾਂ ਕਰਵਾ ਦਿੰਦਾ ਹੁੰਦਾ, ਹੁਣ ਅਸੀਂ ਇਹਨੂੰ ਸ਼ਾਇਦ ਪੇਂਟ ਕਰਾਈਏ ਨਾ ਕਰਾਈਏ, ਨਹੀਂ ਪਤਾ ਟੇਪ ਲਵਾ ਦਈਏ, ਠੀਕ ਆ ਜੀ। ਹਾਂਜੀ ਵੀਰੇ ਆ ਜਾਓ, ਚੁਬਾਰਾ ਦਿਖਾ ਲਿਓ ਸਾਨੂੰ, ਲੈ ਵੀਰੇ ਤੂੰ ਮੂਹਰੀ ਚੱਲ, ਐਡਾ ਵੱਡਾ ਭਰਾ ਉਹਨੂੰ ਨਵਾਂ ਕੀਤਾ ਹੋਇਆ ਤਿਆਰ ਚੁਬਾਰਾ ਬਾਈ ਨੇ, ਨੀਚੇ ਦੁਕਾਨ ਉੱਪਰ ਚੁਬਾਰਾ ਤਿਆਰ ਕੀਤਾ। ਕਿਆ ਬਾਤ ਹੈ, ਕਿਆ ਬਾਤ ਹੈ, ਖਰਚਾ ਮੋਟਾ ਕਰਦਾ ਸਾਡਾ ਮੁੰਡਾ। ਪਹਿਲਾਂ ਆਹ ਤਾਂ ਦਿਖਾ ਦਿਓ ਮੈਨੂੰ, ਆਹ ਕੀ ਹੋਵੇ, ਇਹ ਕਮਰਾ ਬਾਈ, ਸਟੋਰ ਸਟੋਰ, ਇਹ ਬੈਡਰੂਮ ਆ, ਲੈ ਬੈਡ ਲਾ ਵੀ ਦਿੱਤਾ, ਕਿਆ ਬਾਤ ਹੈ, ਗੱਦਾ ਲੈ, ਕਿਆ ਬਾਤ ਹੈ, ਕਿਆ ਬਾਤ ਹੈ, ਆਹ ਦੇਖੋ
ਇਹਨੂੰ ਕਹਿੰਦੇ ਨੇ ਜਿਵੇਂ ਉਹ ਕੀ ਕਹਿੰਦੇ ਨੇ ਹਿੰਦੀ ਚ ਬੈਲਕਨੀ ਹਾਂ ਬੈਲਕਨੀ ਆ ਸਰ ਇਹ ਬਾਈ ਫਿਰ ਇੱਥੇ ਵੀ ਲੱਗਣਗੀਆਂ ਗ੍ਰਿਲਾਂ मेनू लगदा कि अच्छा इनू कहिंदे ने जगह पिछे ही बहुत बच गई यार किचन क्या बात है उपर पौड़िया चढ़ो लोबी है लोबी सवाद लेंदा भाई गल दरवाजा पहले लिया के रख लिया है बाई ने फुल मेहनत करके हुण केरा दा पाते उत्ते हुण कोठी वाला काम करता हुण फुल उच्ची हो गई है ना नाले क्या बात है भाई हुण बार मकान पाए वीरे आपां जिंदगी च ਕਹਿੰਦੇ ਇੱਕ ਵਾਰੀ ਪਾਉਂਦਾ ਨਾ ਅਗਲਾ ਆਪਾਂ ਦੂਜੀ ਵਾਰ ਪਾਤਾ ਵੀਰ ਜੀ ਇੱਕ ਬਾਈ ਦਾ ਪਿੰਡ ਘਰ ਆ ਗਾ ਇੱਕ ਬਾਈ ਨੇ ਆ ਪਾਤਾ ਚੱਲ ਬਾਈ ਵਧਾਈਆਂ ਫਿਰ ਤਾਂ